ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਵੇਲੇ ਪਿੰਡ ਲਾਲ ਬਾਗ ਦੇ ਵਿੱਚ ਬੈਠੇ ਹਾਂ। ਜਿਹੜਾ ਮੇਰੇ ਪਿੱਛੇ ਤੁਸੀਂ ਮਕਾਨ ਦੇਖ ਰਹੇ ਹੋ, ਇਸ ਨੌਜਵਾਨ ਮੇਰ ਸਿੰਘ ਦਾ ਹੈ। ਇਹਨਾਂ ਨੂੰ ਕੁਛ ਦਿਨ ਪਹਿਲਾਂ ਪੁਲਿਸ ਪਕੜ ਕੇ ਲੈ ਗਈ ਸੀ। ਮੈਨੂੰ ਪ੍ਰਧਾਨ ਸਿੰਘ ਹੋਣਾ ਨੇ ਮੈਸੇਜ ਦਿੱਤਾ ਸੀ ਕਿ ਇੱਦਾਂ ਦਾ ਕਰਕੇ ਘਟਨਾ ਹੋ ਗਈ ਹੈ। ਜਦੋਂ ਪੁਲਿਸ ਨਾਲ ਕੰਮ ਕੀਤੀ ਤੇ ਇਹ ਨੌਜਵਾਨ ਜਿਹੜਾ ਇਹਦੇ ਤੇ ਕੇਸ ਨਹੀਂ ਬਣਿਆ, ਇਹਦਾ ਬਚਾਅ ਹੋ ਗਿਆ। ਇਸ ਪਿੰਡ ਦੇ ਵਿੱਚ ਅਸੀਂ ਪਹਿਲਾਂ ਸਿਲਾਈ ਸੈਂਟਰ ਖੋਲ ਚੁੱਕੇ ਹਾਂ। ਇਸ ਪਿੰਡ 'ਚ ਪਾਣੀ ਦਾ ਬੋਰ ਖਰਾਬ ਸੀ। ਕੁਛ ਬੀਬੀਆਂ ਨੂੰ ਜਿਹੜੀਆਂ ਵਿਧਵਾਵਾਂ ਸੀ, ਬੱਕਰੀਆਂ ਲੈ ਕੇ ਦਿੱਤੀਆਂ ਨੇ, ਤਾਲੇ ਚਾਬੀ ਦਾ ਕੰਮ ਦਿੱਤਾ। ਅੱਜ ਵੀ ਇਸ ਪਿੰਡ ਦੇ ਵਿੱਚ ਮੇਰਾ ਬਜ਼ੁਰਗ, ਮੇਰੇ ਪਿਤਾ ਜੀ ਦੀ ਉਮਰ ਦੇ ਨੇ, ਬਾਪੂ ਸਰਦਾਰ ਅਮੋਲਕ ਸਿੰਘ ਜੀ, ਬਾਬਾ ਬੁੱਢਾ ਸਾਹਿਬ ਚੇਤਨਾ ਲਹਿਰ ਦੇ ਮੁਖੀ ਆ। ਇਹਨਾਂ ਨੇ ਇੱਕ ਤੇ ਅਮਰੀਕਾ ਤੋਂ ਆਏ ਨੇ, ਦੂਸਰਾ ਸਾਡੇ ਨਾਲ ਦੋ ਤਿੰਨ ਦਿਨ ਦੇ ਟੂਰ ਤੇ ਨੇ। ਕੱਲ ਵੀ ਇਹਨਾਂ ਨੇ ਸੇਵਾ ਕੀਤੀ, ਅੱਜ ਵੀ ਸੇਵਾ ਚ ਨੇ। 30 ਨੌਜਵਾਨ, ਉਹਨਾਂ ਨੂੰ ਤਾਲੇ ਚਾਬੀ ਦਾ ਕੰਮ ਬਾਬਾ ਬੁੱਢਾ ਜੀ ਚੇਤਨਾ ਲਹਿਰ ਵੱਲੋਂ ਦਿੱਤਾ ਜਾ ਰਿਹਾ। ਇਹ ਬਹੁਤ ਵੱਡੀ ਸੇਵਾ ਆ ਤੇ ਮੈਂ ਸਿੱਖ ਸੰਗਤਾਂ ਨੂੰ ਇਹ ਕਹਿਣਾ ਚਾਹਾਂਗਾ, ਇਹ ਮੇਰੇ ਪਿੱਛੇ ਮਕਾਨ ਦੇਖ ਲਓ, ਇਹਦਾ ਹਾਲਾਤ ਆ ਕਿਹੋ ਜਿਹੇ ਨੇ। ਨੌਜਵਾਨ ਝੌਂਪੜੀ ਚ ਰਹਿੰਦਾ। ਦੂਜਾ ਇਸ ਝੌਂਪੜੀ ਦੀ ਖਾਸ ਗੱਲ ਆ ਕਿ ਇਹ ਬਾਕੀ ਦੇ ਮਹੱਲੇ ਤੋਂ ਹਟ ਕੇ ਆ ਝੌਂਪੜੀ, ਦਰਵਾਜ਼ੇ ਵੀ ਨਹੀਂ ਹਨ। ਜੇ ਕੋਈ ਸੰਗਤ ਦੇ ਵਿੱਚੋਂ ਸੇਵਾ ਲੈਣਾ ਚਾਹਵੇ ਇਸ ਝੌਂਪੜੀ ਦੀ, ਤੇ ਉਹ ਜ਼ਰੂਰ ਸਾਨੂੰ ਸੰਪਰਕ ਕਰੇ ਜੀ। ਦਾਸ ਨੂੰ ਸੰਪਰਕ ਕਰ ਸਕਦਾ, ਗਿਆਨੀ ਦਲੀਪ ਸਿੰਘ ਜੀ ਨੂੰ ਸੰਪਰਕ ਕਰ ਸਕਦਾ। ਮੇਰਾ ਫੋਨ ਨੰਬਰ 94-63-65-65 ਹੈ। ਗਿਆਨੀ ਜੀ ਆਪਣਾ ਨੰਬਰ ਬੋਲ ਦਿਓ ਜਰਾ। 9424749399। ਅੱਜ ਜਿੱਥੇ ਬਾਬਾ ਬੁੱਢਾ ਸਾਹਿਬ ਚੇਤਨਾ ਲਹਿਰ ਦੇ ਮੁਖੀ ਮੇਰੇ ਬਾਪੂ ਜੀ ਸਰਦਾਰ ਅਮੋਲਕ ਸਿੰਘ ਜੀ ਦਾ ਪਿੰਡ ਵਾਲਿਆਂ ਨੇ ਬੜਾ ਨਿੱਘਾ ਸਵਾਗਤ ਕੀਤਾ, ਮੈਂ ਬਾਪੂ ਜੀ ਵੱਲੋਂ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਚਾਹਾਂਗਾ। ਤੇ ਜਿਹੜੀ ਸੇਵਾ ਬਾਪੂ ਜੀ ਦੀ ਆ, ਉਹ ਐਜੂਕੇਸ਼ਨ ਤੇ ਰੁਜ਼ਗਾਰ ਦੇ ਵਿੱਚ ਮੈਂ ਸਮਝਦਾ ਬਹੁਤ ਹੀ ਮਹਾਨ ਸੇਵਾ ਆ। ਔਰ ਦੂਜੀ ਵੱਡੀ ਗੱਲ ਇਹ ਆ ਵੀ ਜਿਹੜੀਆਂ ਸੰਸਥਾਵਾਂ ਇੱਥੇ ਸੇਵਾ ਕਰ ਰਹੀਆਂ ਨੇ, ਬਾਪੂ ਜੀ ਨੇ ਸਰਦਾਰ ਅਮੋਲਕ ਸਿੰਘ ਜੀ ਨੇ ਸਾਰੀਆਂ ਨੂੰ ਸੰਪਰਕ ਕੀਤਾ ਕਿ ਆਪਣਾ ਮਿਸ਼ਨ ਸਾਂਝਾ ਹੋਣਾ ਚਾਹੀਦਾ। ਸੋ ਇਸ ਕਰਕੇ ਆਓ ਆਪਾਂ ਮਿਲ ਕੇ ਸਿੱਖ ਸਿਕਲੀਗਰ ਜਿਹੜੇ 1628 ਚ ਅੰਮ੍ਰਿਤਸਰ ਸਾਹਿਬ ਦੀ ਜੰਗ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਹਥਿਆਰ ਬਣਾਉਣ ਆਏ ਸੀ ਤੇ ਸਾਰੇ ਦੇ ਸਾਰੇ ਸਾਬਤ ਸੂਰਤ ਨੇ। ਆਪਾਂ ਇਹਨਾਂ ਦੀ ਬਾਂਹ ਫੜੀਏ, ਇਹਨਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਚੰਗੇ ਰੁਜ਼ਗਾਰ ਕਰ ਸਕਣ, ਇਹਨਾਂ ਦੇ ਬੱਚੇ ਚੰਗੇ ਪੜ੍ਹ ਲਿਖ ਸਕਣ ਜੀ। ਮੈਂ ਦਿਲੋਂ ਧੰਨਵਾਦੀ ਹਾਂ ਬਾਪੂ ਅਮੋਲਕ ਸਿੰਘ ਜੀ ਦਾ, ਪ੍ਰਧਾਨ ਜੀ ਦਾ, ਗਿਆਨੀ ਦਲੀਪ ਸਿੰਘ ਜੀ ਦਾ ਜੀ, ਤੇ ਇਹ ਨੌਜਵਾਨ ਹੈ ਮੇਰ ਸਿੰਘ ਜਿਹਦਾ ਇਹ ਮਕਾਨ ਹੈ ਪਿੱਛੇ, ਅਸੀਂ ਇਹਦੇ ਘਰ ਖਾਸ ਕਰਕੇ ਆਏ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।